ਇੱਥੋਂ ਤੱਕ ਵੀ ਹਿੰਦੁਸਤਾਨ ਦਾ ਆਮ ਨਾਗਰਿਕ ਆਮ ਪਬਲਿਕ ਦੀ ਸੜਕਾਂ ਦੇ ਉੱਤੇ ਆਈ ਆ ਪੰਜਾਬੀਆਂ ਦੀਆਂ ਸ਼ਹੀਦੀਆਂ ਦੇਖ ਕੇ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਜਿਹੜੇ ਯੋਧੇ ਜਿਹੜੇ ਜੰਮੇ ਜਿਨ੍ਹਾਂ ਨੇ ਇਹਨੀਆਂ ਸ਼ਹੀਦੀਆਂ ਪਾ ਕੇ ਹਿੰਦੁਸਤਾਨ ਨੂੰ ਯਾਦ ਕਰਾਇਆ ਉਹਨਾਂ ਦੀ ਸ਼ਰਮ ਦੀ ਖਾਤਰ ਹੀ ਤੂੰ ਦੇਖ ਲਾ ਵੀ ਇਹ ਸਭ ਉਹਨਾਂ ਦੀ ਕੌਮਾਂ ਹੀ ਆ ਉਹਨਾਂ ਦੇ ਖੂਨ ਦੇ ਵਿੱਚੋਂ ਹੀ ਸਾਰੇ ਆਏ ਆ ਹੁਣ ਇੱਕ ਉਹਦੇ ਵਿੱਚ ਮੈਂ ਇੱਕ ਸ਼ੇਰ ਅਰਜ ਕਰਾਂਗਾ ਕਹਿੰਦੇ ਵੀ ਕੌਣ ਪੁੱਛਦਾ ਇਹ ਕਾਵਾਂ ਦੇ ਗਿੱਦੜਾਂ ਨੂੰ ਕੌਣ ਪੁੱਛਦਾ ਇਹ ਕਾਵਾਂ ਦੇ ਗਿੱਦੜਾਂ ਨੂੰ ਬੰਦ ਪਿੰਜਰੇ 'ਚ ਬਾਗ ਤੇ ਸ਼ੇਰ ਹੁੰਦੇ ਇੱਟਾਂ ਵੱਜਦੀਆਂ ਨੇ ਉਹਨਾਂ ਬੇਰੀਆਂ ਨੂੰ ਜਿੰਨਾ ਬੇਰੀਆਂ ਦੇ ਮਿੱਠੜੇ ਬੇਰ ਹੁੰਦੇ ਮੁਸੀਬਤਾਂ ਪੈਂਦੀਆਂ ਨੇ ਉਹਨਾਂ ਮਾਪਿਆਂ ਦੇ ਜਿੰਨਾ ਮਾਪਿਆਂ ਦੇ ਪੁੱਤ ਦਲੇਰ ਹੁੰਦੇ ਜੇਕਰ ਜੰਮਦੇ ਨਾ ਸ਼ਹੀਦ ਭਗਤ ਸਿੰਘ ਵਰਗੇ ਜੋਧੇ ਮੈਨੂੰ ਲੱਗਦਾ ਹਿੰਦੁਸਤਾਨ ਤੇ ਅੱਜ ਵੀ ਹਨੇਰ ਹੁੰਦੇ ਝੂਲਦੇ ਹਨੇਰ ਹੁੰਦੇ ਤੇ ਝੂਲਦੇ ਹਨੇਰ ਹੁੰਦੇ ਮੈਂ ਅੰਮ੍ਰਿਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਰਣਜੀਤਪੁਰਾ ਗੁਰੂ ਨਾਨਕਵਾੜਾ ਤੋਂ ਅੱਜ ਮਨ ਦੀ ਬਾਤ ਦਾ ਵਿਰੋਧ ਕੀਤਾ ਜਾ ਰਿਹਾ ਭਾਂਡੇ ਖੜਕਾ ਕੇ ਕਿਵੇਂ ਵਿਰੋਧ ਕੀਤਾ ਜਾ ਰਿਹਾ ਬਿਲਕੁਲ ਜੀ ਮੋਦੀ ਉਧਰੋਂ ਆਪਣੇ ਮਨ ਦੀ ਬਾਤ ਕਰ ਰਿਹਾ ਅਸੀਂ ਥਾਲੀਆਂ ਖੜਕਾ ਪਏ ਆਪਣੇ ਮਨ ਦੀ ਗੱਲ ਦੱਸ ਰਹੇ ਹਾਂ ਅਸੀਂ ਕਿਸਾਨਾਂ ਦੇ ਹੱਕ 'ਚ ਮੋਦੀ ਨੂੰ ਇਹ ਗੱਲ ਕਹਿ ਰਹੇ ਹਾਂ ਵੀ ਤੁਸੀਂ ਆਪਣੇ ਕਾਲੇ ਕਾਨੂੰਨ ਵਾਪਸ ਲਓ ਤਾਂ ਜੋ ਕਿਸਾਨ ਜਿਹੜੇ ਠੰਡ 'ਚ ਬੈਠੇ ਨੇ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਤੁਹਾਡੇ ਨਾਲ ਕੌਣ ਕੌਣ ਸ਼ਾਮਲ ਹੋਏ ਕਿਸਾਨ ਆ ਜਾਂ ਆਮ ਵਰਗ ਅਸੀਂ ਸਮੂਹ ਲਾਕਾ ਨਿਵਾਸੀ ਇਕੱਠੇ ਹੋ ਕੇ ਆਪਣੇ ਮਨ ਦੀ ਬਾਤ ਦੇ ਵਿਰੁੱਧ ਮੁਜ਼ਾਹਰਾ ਕਰ ਰਹੇ ਹਾਂ ਰੋਜ਼ ਮੁਜ਼ਾਹਰਾ ਕਰ ਰਹੇ ਹਾਂ ਤੇਰੀ ਸ਼ਾਨ ਲਈ ਲੜ ਜਾਣਾ ਤੇਰੀ ਸ਼ਾਨ ਲਈ ਮਰ ਜਾਣਾ ਸਾਡਾ ਇੱਕ ਨਿਸ਼ਾਨਾ ਏ ਇਹ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਰਹਿਣਾ ਕਰ ਲੈ ਤੂੰ ਸ਼ਹੀਦ ਭਾਵੇਂ ਹਜ਼ਾਰਾਂ ਲੱਖਾਂ ਨੂੰ ਇਹ ਸਿੰਘ ਕਲਗੀ ਤਰਦੇ ਨੇ ਇਹਨਾਂ ਰੁਕਿਆਂ ਹੀ ਰੁਕਣੇ ਇਹਨਾਂ ਜੋ ਵੀ ਧਾਰ ਲਿਆ ਪੂਰਾ ਕਰ ਵਿਖਾਉਣਾ ਏ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਰਹਿਣਾ ਲਾਲ ਸਾਡਾ ਪ੍ਰਧਾਨ ਮੰਤਰੀ ਕਾਰਪੋਰੇਟ ਘਰਾਣਿਆਂ ਦਾ ਇਹਨੇ ਉਹਨਾਂ ਕੋਲ ਮੋਟੀਆਂ ਦਲਾਲੀਆਂ ਖਾ ਕੇ ਦੇਸ਼ ਦੀ ਜਨਤਾ ਨੂੰ ਹਮੇਸ਼ਾ ਹੀ ਗੁੰਮਰਾਹ ਕੀਤਾ ਅਸੀਂ ਪਹਿਲੀ ਵਾਰੀ ਵੀ ਇਹਨੂੰ ਮੌਕਾ ਦਿੱਤਾ ਅਤੇ ਭੋਲੇ ਭਾਲੇ ਕਿਸਾਨਾਂ ਨੇ ਦੂਜੀ ਵਾਰੀ ਵੀ ਇਹਨੂੰ ਮੌਕਾ ਦਿੱਤਾ ਪਰ ਇਹਨੇ ਕਿਸਾਨਾਂ ਦੇ ਆਮ ਜਨਤਾ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਅਤੇ ਇਸ ਕਰਕੇ ਹੁਣ ਫਰਜ਼ ਬਣਦਾ ਸਾਡੀ ਆਮ ਜਨਤਾ ਦਾ ਕਿ ਅਸੀਂ ਸਾਰੇ ਕਿਸਾਨਾਂ ਦੇ ਨਾਲ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਇਕੱਠੇ ਹੋਈਏ ਅਤੇ ਕਿਸਾਨਾਂ ਦਾ ਸਾਥ ਦੇ ਕੇ ਇਹਨੂੰ ਨੱਥ ਪਾਈਏ ਜਿਹੜਾ ਦਿੱਲੀ ਦੇ ਵਿੱਚ ਹਕੂਮਤ ਕਰਕੇ ਬੈਠਾ ਆਪਣੇ ਆਪਣੀਆਂ ਮਨਮਰਜ਼ੀਆਂ ਚਲਾਉਂਦਾ ਇਹਦੀਆਂ ਮਨਮਰਜ਼ੀਆਂ ਨੂੰ ਤਾਂ ਹੀ ਨੱਥ ਪਾਈ ਜਾਏਗੀ ਜੇਕਰ ਅਸੀਂ ਆਮ ਜਨਤਾ ਇਕੱਠੀ ਹੋ ਕੇ ਕਿਸਾਨਾਂ ਦਾ ਸਾਥ ਦੇਵਾਂਗੇ ਅਤੇ ਇਸ ਲਈ ਮੇਰੀ ਆਮ ਜਨਤਾ ਅੱਗੇ ਇਹੀ ਅਪੀਲ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ ਅਤੇ ਵੱਧ ਤੋਂ ਵੱਧ ਇਕੱਠੇ ਹੋ ਕੇ ਉਹ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਜੂੰਝਣ ਅਤੇ ਆਮ ਜਨਤਾ ਨੂੰ ਵੀ ਹੁਣ ਸ਼ਹਾਦਤਾਂ ਦੇਣ ਦੀ ਲੋੜ ਹੈਗੀ ਆ ਜਿੱਥੇ ਕਿਸਾਨ ਦੇ ਰਹੇ ਆ ਉੱਥੇ ਆਮ ਜਨਤਾ ਵੀ ਕਿਸਾਨਾਂ ਦੇ ਨਾਲ ਰਲ ਕੇ ਸ਼ਹਾਦਤਾਂ ਦੇਣ ਲਈ ਤਿਆਰ ਰਵੇ ਕਿਉਂਕਿ ਇਹ ਕੁੱਤਾ ਕੰਜਰ ਕਦੀ ਪਛੜਨ ਵਾਲਾ ਨਹੀਂ ਆ ਅਤੇ ਐਡੀ ਛੇਤੀ